ਕੈਂਟਰ ਦੇ ਵਿੱਚ ਕੇਜਰੀਵਾਲ ਨਿਸ਼ਾਨੇ ਤੇ ਤੇ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਈ ਚੋਰ ਨਹੀਂ ਬਚਣਾ ਚਾਹੀਦਾ ਏਬੀਸੀ ਕੋਈ ਹੋਵੇ ਕੇਜਰੀਵਾਲ ਸਾਹਿਬ ਦਾ ਇਹ ਕਹਿਣਾ ਕਿ ਜੇ ਮੈਂ ਇਮਾਨਦਾਰ ਨਹੀਂ ਹਾਂ ਤਾਂ ਦੇਸ਼ 'ਚ ਕੋਈ ਇਮਾਨਦਾਰ ਨਹੀਂ ਹੈ ਇੱਕ ਅਰਬ 37 ਕਰੋੜ ਲੋਕਾਂ ਨੂੰ ਸਾਰਿਆਂ ਨੂੰ ਚੋਰ ਕਹਿ ਰਿਹਾ ਹੈ ਇਹਦੀ ਸਭ ਤੋਂ ਦੇਸ਼ ਦੇ ਲੋਕਾਂ ਤੋਂ ਕੇਜਰੀਵਾਲ ਨੂੰ ਮਾਫੀ ਮੰਗਣੀ ਚਾਹੀਦੀ ਸੀ ਅੱਲਾ ਇਸ ਤਰ੍ਹਾਂ ਦੀ ਜਿਹੜੀ ਬੇਹੂਦਾ ਸਟੇਟਮੈਂਟ ਦੇ ਕੇ ਉਹਨੇ ਦੇਸ਼ ਵਾਸੀਆਂ ਦਾ ਜਿਹੜਾ અપਮਾਨ ਕੀਤਾ ਵੀ ਮੈਂ ਹੀ ਇਕੱਲਾ ਇਮਾਨਦਾਰ ਆ ਬਾਕੀ ਸਾਰੇ ਬੇਈਮਾਨ ਨੇ ਬਈ ਵਾਲੋਂ ਉੱਥੇ ਇੱਕ ਗੱਲ ਹੋਰ ਕਹਿ ਰਿਹਾ ਇਸ ਪਾਸੇ ਨੂੰ ਮੂੰਹ ਕਰਕੇ ਪੰਜਾਬ ਵਾਲੇ ਪਾਸੇ ਦਿੱਲੀ ਤੋਂ ਬਹਿ ਕੇ ਕਹਿੰਦੇ ਜਿਹੜੇ ਸਾਡੇ ਖਿਲਾਫ ਕਾਰਵਾਈ ਹੋ ਰਹੀ ਹੈ ਸਿਆਸੀ ਰੰਜਿਸ਼ ਹੈ ਮਾਨਦਾਰੀ ਦੀ ਜਿਹੜੀ ਗੱਲ ਕਰਦੇ ਆ ਤੇ ਸਾਡੇ ਤਾਂ ਸਾਬਕਾ ਮੁੱਖ ਮੰਤਰੀ ਕਿੰਨੇ ਬੁੱਧੇ ਪਟਾਚਾਰੀ ਆ ਮਾਨਕ ਸਰਕਾਰ ਤੇ ਸਾਰੇ ਮੁੱਖ ਮੰਤਰੀਆਂ ਦੇ ਉੱਤੇ ਅੱਜ ਤੱਕ ਕਿਸੇ ਦੀ ਮਤਲਬ ਉਂਗਲੀ ਚੁੱਕਣ ਦੀ ਹਿੰਮਤ ਨਹੀਂ ਪਈ ਹੈ ਮੈਂ ਤਾਂ ਹੀ ਕਰ ਰਹੇ ਨੇ ਤੁਸੀਂ ਫੇਸ ਕਰੋ ਉਸ ਇਨਕੁਆਰੀ ਨੂੰ ਆਵਾਮਦਵੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਤਾਂ ਸਾਰਾ ਕੁਝ ਬਦਲਣ ਆਏ ਆ ਰੀਤਾਂ ਤੋੜਨੀਆਂ ਜਿਹੜੀਆਂ ਪਹਿਲਾਂ ਚੱਲੀਆਂ ਆਉਂਦੀਆਂ ਇੱਕ ਗੱਲ ਤਾਂ ਦੱਸ ਦੇਣ ਰੀਤ ਕਿਹੜੀ ਤੋੜੀ ਆ ਤੇ ਅੱਜ ਜਦੋਂ ਉਹਨਾਂ ਨੂੰ ਸੱਦਿਆ ਗਿਆ ਤਲਬ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਆਸ਼ਰਮ ਜਾਂਦੇ ਨੇ ਉੱਥੇ ਨਤਮਸਤਕ ਹੁੰਦੇ ਨੇ ਕਿ ਉਹ ਅੰਨਾ ਹਜ਼ਾਰੇ ਨੂੰ ਆਈਕਨ ਮੰਨਦਾ ਜਾਂ ਮਹਾਤਮਾ ਗਾਂਧੀ ਨੂੰ ਮੰਨਦਾ ਸਿਆਸਤ ਵਿੱਚ ਮੰਨਿਆ ਜਾਂਦਾ ਹੈ ਕਿ ਬਹੁਤਾ ਕੁਝ ਸਥਿਰ ਨਹੀਂ ਰਹਿੰਦਾ ਪਰ ਜਦੋਂ ਸਿਆਸਤਦਾਨ ਦਾਅਵੇ ਕਰਦੇ ਨੇ ਆਪਣੇ ਸੱਚੇ ਹੋਣ ਦੇ ਇਮਾਨਦਾਰ ਹੋਣ ਦੇ ਤੇ ਉਹ ਦਾਅਵੇ ਕਿੰਨੇ ਸੱਚੇ ਨੇ ਕਿੰਨੇ ਝੂਠੇ ਲੋਕ ਤੈ ਕਰਦੇ ਨੇ ਪਰ ਇੱਕ ਚਰਚਾ ਚੱਲੀ ਹੈ ਸੈਂਟਰ ਦੇ ਵਿੱਚ ਈਡੀ ਜਾਂ ਸੀਬੀਆਈ ਜਦੋਂ ਕਿਸੇ ਤੇ ਇਨਕੁਆਇਰੀ ਕਰਦੀ ਹੈ ਤਾਂ ਕੀ ਉਹ ਸਿਆਸੀ ਰੰਜਿਸ਼ ਹੁੰਦੀ ਹੈ ਜੇ ਪੰਜਾਬ ਦੇ ਵਿੱਚ ਵਿਜੀਲੈਂਸ ਕਰ ਰਹੀ ਹੈ ਕਾਰਵਾਈ ਤਾਂ ਕੀ ਉਹ ਸਿਆਸੀ ਰੰਜਿਸ਼ ਹੈ ਇਸ ਦੇ ਉੱਤੇ ਬਹੁਤ ਚਰਚਾ ਹੋ ਰਹੀ ਹੈ ਇਸੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸੇਖੋ ਸਾਹਿਬ ਚਰਚਾ ਬਹੁਤ ਹੈ ਤੁਸੀਂ ਇਸ ਚਰਚਾ ਨੂੰ ਕਿਵੇਂ ਦੇਖਦੇ ਹੋ ਪਹਿਲੀ ਨਜ਼ਰੇ ਖਾਸ ਕਰਕੇ ਸੈਂਟਰ ਦੇ ਵਿੱਚ ਕੇਜਰੀਵਾਲ ਨਿਸ਼ਾਨੇ ਤੇ ਤੇ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹਦੇ ਤੇ ਸੀਪੀਐਮ ਇਹ ਸਮਝਦੀ ਆ ਜਿੰਨੀਆਂ ਏਜੰਸੀਆਂ ਨੇ ਚਾਹੇ ਉਹ ਪੰਜਾਬ ਦੀਆਂ ਚਾਹੇ ਕੇਂਦਰ ਦੀਆਂ ਉਹ ਸੰਵਿਧਾਨਕ ਤੌਰ ਤੇ ਆਪਣਾ ਨਿਰਪੱਖਤਾ ਦਾ ਰੋਲ ਅਦਾ ਕਰਨ। ਅਸੀਂ ਇਸ ਗੱਲ ਦੇ ਹੱਕ ਵਿੱਚ ਕੋਈ ਚੋਰ ਨਹੀਂ ਬਚਣਾ ਚਾਹੀਦਾ ਏਬੀਸੀ ਕੋਈ ਹੋਵੇ। ਚੋਰ ਨਾਲ ਮਤਲਬ ਜਿਹੜੀ ਰਹਿਤ ਨਹੀਂ ਹੋਣੀ ਚਾਹੀਦੀ। ਜਿੱਥੋਂ ਤੱਕ ਸਵਾਲ ਕੇਜਰੀਵਾਲ ਸਾਹਿਬ ਦਾ ਅੱਜ ਪੇਸ਼ੀ ਹੈ। ਸਾਰੇ ਪੰਜਾਬ ਦੀ ਬਾਜ਼ਾਰ ਤੁਰੇ ਫਿਰਦੀ ਐ। ਸਾਰੇ ਦਿੱਲੀ ਵਾਲੇ ਤੁਰੇ ਫਿਰਦੇ ਆ। ਔਰ ਕੇਜਰੀਵਾਲ ਸਾਹਿਬ ਦਾ ਇਹ ਕਹਿਣਾ ਕਿ ਜੇ ਮੈਂ ਇਮਾਨਦਾਰ ਨਹੀਂ ਹਾਂ ਤਾਂ ਦੇਸ਼ 'ਚ ਕੋਈ ਇਮਾਨਦਾਰ ਨਹੀਂ ਹੈ। ਅਸਲ ਵਿੱਚ ਕੇਜਰੀਵਾਲ ਵੱਲੋਂ ਇਹ ਸਟੇਟਮੈਂਟ ਇੱਕ ਬੁਖਲਾਹਟ ਦਾ ਨਤੀਜਾ ਵੀ ਹੈ। ਦੂਸਰਾ 1 ਅਰਬ 37 ਕਰੋੜ ਲੋਕਾਂ ਨੂੰ ਸਾਰਿਆਂ ਨੂੰ ਚੋਰ ਕਹਿ ਰਿਹਾ। ਇਹਦੀ ਸਗੋਂ ਦੇਸ਼ ਦੇ ਲੋਕਾਂ ਤੋਂ ਕੇਜਰੀਵਾਲ ਨੂੰ ਮਾਫੀ ਮੰਗਣੀ ਚਾਹੀਦੀ ਹੈ। ਹਮ ਮਤਲਬ ਇਸ ਤਰ੍ਹਾਂ ਦੇ ਜਿਹੜੇ ਬੇਹੂਦਾ ਸਟੇਟਮੈਂਟ ਦੇ ਕੇ ਉਹਨੇ ਦੇਸ਼ ਵਾਸੀਆਂ ਨੂੰ ਦਾ ਜਿਹੜਾ અપਮਾਨ ਕੀਤਾ ਮੈਂ ਇਹ ਸਮਝਦਾ ਸੀ ਪੀਪੀਐਮ ਦੀ ਪੰਜਾਬ ਰਾਜ ਕਮੇਟੀ ਵੱਲੋਂ ਉਹਨੇ ਜਿਹੜਾ અપਮਾਨ ਕੀਤਾ ਉਸ અપਮਾਨ ਦੀ ਮਾਫੀ ਮੰਗਣੀ ਚਾਹੀਦੀ ਹੈ ਕਿ ਸਾਰੇ ਦੇਸ਼ ਦੇ ਜਿਹੜੇ ਲੋਕ ਨੇ ਮਜ਼ਦੂਰ ਨੇ ਕਿਸਾਨ ਨੇ ਮਤਲਬ ਉਹਦੇ ਬਿਆਨ ਇਹ ਕਲੀਅਰ ਕਰ ਰਿਹਾ ਹੈ ਵੀ ਮੈਂ ਇਕੱਲਾ ਇਮਾਨਦਾਰ ਆ ਬਾਕੀ ਸਾਰੇ ਬੇਈਮਾਨ ਨੇ ਇਸ ਤਰ੍ਹਾਂ ਦਾ ਜਿਹੜਾ ਬਿਆਨਬਾਜ਼ੀ ਕਰਨੀ ਇਹ ਕੇਜਰੀਵਾਲ ਲਈ ਸੋਭਾ ਨਹੀਂ ਦਿੰਦੀ ਜਿਹੜਾ અપਮਾਨ आम नागरिकਾਂ ਦਾ ਕੀਤਾ ਉਸ ਵਿਵਹਾਰ ਲਈ ਮਾਫੀ ਮੰਗਣੀ ਚਾਹੀਦੀ। ਕੇਜਰੀਵਾਲ ਉਥੋਂ ਇੱਕ ਗੱਲ ਹੋਰ ਕਹਿ ਰਿਹਾ ਇਸ ਪਾਸੇ ਨੂੰ ਮੂੰਹ ਕਰਕੇ ਪੰਜਾਬ ਵਾਲੇ ਪਾਸੇ ਦਿੱਲੀ ਤੋਂ ਵਹਿ ਕੇ ਕਹਿੰਦੇ ਜਿਹੜੇ ਸਾਡੇ ਖਿਲਾਫ ਕਾਰਵਾਈ ਹੋ ਰਹੀ ਹੈ ਸਿਆਸੀ ਰੰਜਿਸ਼ ਹੈ। ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਾਡੀ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਕੀਤੇ ਜਾ ਰਹੇ ਕੰਮਾਂ ਨੂੰ ਮਿੱਟੀ ਪਾਉਣ ਲਈ ਸਾਰੀਆਂ ਚੀਜ਼ਾਂ ਨੇ। ਸਾਨੂੰ ਨਿਸ਼ਾਨਾ ਇਸ ਕਰਕੇ ਇਸ ਨੂੰ ਪੰਜਾਬ 'ਚ ਇੱਥੇ ਬੈਠੇ ਜੋੜ ਕੇ ਦੇਖ ਰਹੇ ਆ ਕਿ ਜਿਹੜੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਰਨੀ ਤੇ ਫਿਰ ਕਾਰਵਾਈ ਹੋ ਰਹੀ ਹੈ ਕਿ ਉਹ ਸੱਚੀ ਸੁੱਚੀ ਹੈ। ਦੇਖੋ ਮੈਂ ਪਹਿਲਾਂ ਹੀ ਇਹ ਗੱਲ ਸਪਸ਼ਟ ਕੀਤੀ ਆ ਵੀ ਸੀਪੀਐਮ ਕਿਸੇ ਨੇ ਵੀ ਜੇ ਕੋਈ ਗੁਨਾਹ ਕੀਤਾ ਤਾਂ ਉਹਦੇ ਪੜਤਾਲ ਹੋਣੀ ਚਾਹੀਦੀ ਆ ਤੇ ਜੇ ਉਹ ਗੁਨਾਹਗਾਰ ਹੈ ਤਾਂ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਜਿੰਨਾ ਉਹਨੇ ਗੁਨਾਹ ਕੀਤਾ ਜੇ ਉਹ ਗੁਨਾਹਗਾਰ ਨਹੀਂ ਹੈ ਤਾਂ ਉਹਨੂੰ ਰਾਜਨੀਤਿਕ ਤੌਰ ਤੇ ਜਾਂ ਵਿਅਕਤੀਗਤ ਤੌਰ ਤੇ ਉਹਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਕਰਨਾ ਵੀ ਤਾਂ ਉਨਾ ਹੀ ਜੁਰਮ ਹੈ ਉਹ ਚਾਹੇ ਕੇਂਦਰ ਸਰਕਾਰ ਕਰ ਰਹੀ ਹੈ ਚਾਹੇ ਪੰਜਾਬ ਸਰਕਾਰ ਕਰ ਰਹੀ ਹੈ ਅਸੀਂ ਇਹਦੇ ਤੇ ਸਪਸ਼ਟ ਹੈ ਪਰ ਸਵਾਲ ਇਹ ਆ ਵੀ ਕੇਂਦਰ اور پنجاب سرکار صرف ਕਹਿੜ ਕੱਢਣ ਵਾਸਤੇ ਜਿਹੜੀਆਂ ਕਾਰਵਾਈਆਂ ਕਰ ਰਹੀਆਂ ਇਹਨਾਂ ਨੂੰ ਬੰਦ ਕਰਨੀਆਂ ਚਾਹੀਦੀਆਂ ਨੇ ਹੂੰ ਤੇ ਜੇ ਜਿਹੜੇ ਜਾਇਜ਼ ਮਤਲਬ ਕਾਰਜ ਕਰਨੇ ਆ ਉੱਤੇ ਹੋਣੇ ਚਾਹੀਦੇ ਐ ਚ ਕੀ ਰੌਲਾ ਹੈ ਹੂੰ ਜੇ ਇਮਾਨਦਾਰੀ ਦੀ ਜਿਹੜੀ ਗੱਲ ਕਰਦੇ ਆ ਤੇ ਸਾਡੇ ਤਾਂ ਸਾਫ ਕਾ ਮੁੱਖ ਮੰਤਰੀ ਕਿੰਨੇ ਹੀ ਨੇ ਹੂੰ ਬੁੱਧੇ ਪਟਾਚਾਰੀਆ ਹੂੰ ਮਾਨਕ ਸਰਕਾਰ ਤੇ ਸਾਡਾ ਜਿਹੜਾ ਕੈਰਲਾ ਦਾ ਮੁੱਖ ਮੰਤਰੀ ਬਜ਼ੁਰਗ ਅਸ਼ੂਤਾਨੰਦਨ ਮੌਜੂਦਾ ਮੁੱਖ ਮੰਤਰੀ ਹੈ ਸਾਡਾ ਪਿੰਨਾਰਾਇ ਵਿਜੀਨ ਤੇ ਇਸ ਤੋਂ ਪਹਿਲਾਂ ਵੀ ਕਿੰਨੇ ਮੁੱਖ ਮੰਤਰੀ ਰਹੇ ਸਾਡੇ ਕਾਮੜ ਜੋਤੀ ਵਾਸੂ ਲਗਭਗ 25 ਵਰੇ ਲਗਾਤਾਰ ਮੁੱਖ ਮੰਤਰੀ ਰਹੇ ਬਿਨਾ ਬ੍ਰੇਕ ਤੋਂ ਇਸੇ ਤਰ੍ਹਾਂ ਨਰੀਪੰਚ ਚੱਕਰਵਰਤੀ ਰਹੇ ਮੁੱਖ ਮੰਤਰੀ ਦਸਰਾ ਦੇਵ ਰਹੇ ਮੁੱਖ ਮੰਤਰੀ ਤਰੀਪੁਰਾ ਦੇ ای ਐਮ ਐਸ ਨਮੁੰਦਰੀਪਾਦ ਸਾਡੇ ਪਹਿਲੇ ਮੁੱਖ ਮੰਤਰੀ ਬਣੇ ਆਜ਼ਾਦ ਭਾਰਤ ਦੇ ਵਿੱਚ ਕਮਿਊਨਿਸਟਾਂ ਦੇ 1957 ਵਿੱਚ ਕੇਰਲਾ ਦੇ ਨਮੁੰਦਰੀ ਪਾ ਤੋਂ ਬਾਅਦ ਈਕ ਨੇ ਨਾਨਾਰ ਲੰਮਾ ਸਮਾਂ ਮੁੱਖ ਮੰਤਰੀ ਰਹੇ ਟਰਮ ਬਾਈ ਟਰਮ ਮਤਲਬ ਇੰਨੇ ਸਾਰੇ ਮੁੱਖ ਮੰਤਰੀਆਂ ਦੇ ਉੱਤੇ ਅੱਜ ਤੱਕ ਕਿਸੇ ਦੀ ਮਤਲਬ ਉਂਗਲੀ ਚੁੱਕਣ ਦੀ ਹਿੰਮਤ ਨਹੀਂ ਪਈ ਹੈ ਤੇ ਆ ਜਿਹੜਾ ਹੁਣ ਅਨਕੁਆਰੀ ਦੇ ਦੇਖ ਕੇ ਡਾਰੀ ਰਹੇ ਨੇ ਮਿੰਤਾ ਹੀ ਕਰ ਰਹੇ ਨੇ ਤੁਸੀਂ ਫੇਸ ਕਰੋ ਉਸ ਇਨਕੁਆਰੀ ਨੂੰ ਜੇ ਕੇਤਰੀਵਾਲ ਸੱਚਾ ਤੋਂ ਇਨਕੁਆਰੀ ਦੇ ਵਿੱਚੋਂ ਕਲੀਨ ਚਿੱਟ ਲੈ ਕੇ ਆ ਜਵੇ ਫੇਰ ਇਹ ਗੱਲਾਂ ਕਹਿਣ ਦਾ ਉਹਦੇ ਕੋਲ ਅਧਿਕਾਰ ਹੈ ਇੱਕ ਸ਼ਬਦ ਬੜਾ ਪ੍ਰਚਲਿਤ ਹੋ ਗਿਆ ਇਹਨਾਂ ਸੰਸਥਾਵਾਂ ਲਈ सीबीआई ਈਡੀ ਲਈ ਸੈਂਟਰ ਤੋਂ ਤੇ ਪੰਜਾਬ ਵਿੱਚ ਵਿਜੀਲੈਂਸ ਲਈ ਤੋਤਾ ਸ਼ਬਦ ਤੁਸੀਂ ਇਸ ਦੇ ਨਾਲ ਸਹਿਮਤੀ ਰੱਖਦੇ ਹੋ ਦੇਖੋ ਗੱਲ ਇਹ ਵੀ ਜਿਹਦੇ ਹੱਥ ਕਹਿੰਦੇ ਰਾਜ ਆਉਂਦਾ ਇਹ سرمایہਦਾਰ ਪਾਰਟੀਆਂ ਦਾ ਕੈਸਾ ਸਿਸਟਮ ਹੈ ਉਹ سرمایہਦਾਰੀ मतलब ਉਸ ਨੂੰ ਦਰਵਰਤੋਂ ਕਰਦੀ ਹੈ ਤੇ ਜੇ ਪਹਿਲਾਂ ਦਰਵਰਤੋਂ ਅਕਾਲੀ ਭਾਜਪਾ ਤੇ ਕਾਂਗਰਸ ਵਾਲੇ ਕਰਦੇ ਰਹੇ ਪੰਜਾਬ ਚ ਤੇ ਅੱਜ ਉਹ ਦਰਵਰਤੋਂ ਆਪ ਵਾਲੇ ਕਰ ਰਹੇ ਨੇ ਜੇ ਪੰਜਾਬ ਦੇ ਸੰਦਰਭ ਵਿਚ ਲਈਏ ਤੇ ਪਹਿਲਾਂ ਵੀ ਜਿਹੜਾ ਦੇਸ਼ ਦੇ ਅੰਦਰ ਸੀਬੀਆਈ ਦੀ ਦਰਵਰਤੋਂ ਕਾਂਗਰਸ ਕਰਦੀ ਰਹੀ ਤੇ ਅੱਜ ਉਹ ਭਾਜਪਾ ਤਿਆਰ ਅਸਸ ਵਾਲੇ ਕਰ ਰਹੇ ਨੇ ਪਰ ਇੱਥੇ ਜੇ ਸੂਬੇ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਤਾਂ ਸਾਰਾ ਕੁਝ ਬਦਲਣ ਆਏ ਆ ਰੀਤਾਂ ਤੋੜਨੀਆਂ ਜਿਹੜੀਆਂ ਪਹਿਲਾਂ ਚੱਲੀਆਂ ਆਉਂਦੀਆਂ ਇੱਕ ਗੱਲ ਤਾਂ ਦੱਸ ਦੇਣ ਰੀਤ ਕਿਹੜੀ ਤੋੜੀ ਐ ਭ੍ਰਸ਼ਟਾਚਾਰ ਸਿਖਰਾਂ ਸੂਰਿਆ ਲਗਾਤਾਰ ਵਧ ਰਿਹਾ ਭ੍ਰਸ਼ਟਾਚਾਰ ਰੇਤਾ ਬਜਰੀ ਉਹ ਉਸੇ ਤਰ੍ਹਾਂ ਉਹਨੇ ਮਹਿੰਗੇ ਭਾਅ ਚ ਲੋਕਾਂ ਨੂੰ ਮਿਲ ਰਹੀ ਐ ਰਜਿਸਟਰੀਆਂ ਦੇ ਭਾਅ ਪਹਿਲਾਂ ਨਾਲੋਂ 30 ਗੁਣਾ ਵਧ ਗਏ ਨੇ ਸਵਾਲ ਇਹ ਐ ਵੀ ਬਦਲਾ ਕੀ ਐ ਇਹ ਬਦਲਿਆ ਤਾਂ ਦੱਸਣ ਲੋਕਾਂ ਨੂੰ ਦਰਸਾਉਣ ਤਾਂ ਸਹੀ ਤੇ ਸਿਰਫ ਪ੍ਰਚਾਰ ਹੀ ਕਰਨਾ ਹੈ ਲੋਨ ਚੱਕ ਚੱਕ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਆਪਣੇ ਆਪ ਨੂੰ ਮੋਢੇ ਤੇ ਥਾਪੀਆਂ ਮਾਰੀ ਜਾਣੀਆਂ ਇਹ ਦਰਸਤ ਨਹੀਂ ਹੈ ਜਿਹੜਾ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਤੋਂ ਸਰਕਾਰ ਬਹੁਤ ਅਜੇ ਦੂਰ ਖੜੀ ਹੈ ਔਰ ਪੰਜਾਬ ਦੇ ਲੋਕੇ ਅਨੁਭਵ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਲੋਕ ਇਸ ਬਾਰੇ ਫੈਸਲਾ ਕਰ ਦੇਣਗੇ ਵੀ ਤੁਸੀਂ ਕਿੱਥੇ ਖੜੇ ਹੋ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਹੀ ਸ਼ੁਰੂ ਕੀਤਾ ਅਸੀਂ ਇੱਕ ਸ਼ਬਦ ਕਟੜ ਇਮਾਨਦਾਰ ਔਰ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਉਸ ਦਾ ਪ੍ਰਚਾਰ ਕਰਦੇ ਨੇ ਸਾਰੀ ਆਮ ਆਦਮੀ ਪਾਰਟੀ ਕਰਦੀ ਹੈ ਕਿ ਸਾਡੇ ਤੋਂ ਕਟੜ ਇਮਾਨਦਾਰ ਕੋਈ ਹੋਰ ਹੈ ਨਹੀਂ ਤੇ ਅੱਜ ਜਦੋਂ ਉਹਨਾਂ ਨੂੰ ਸੱਦਿਆ ਗਿਆ ਤਲਬ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਆਸ਼ਰਮ ਜਾਂਦੇ ਨੇ ਉੱਥੇ ਨਤਮਸਤਕ ਹੁੰਦੇ ਨੇ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਗਤੀਵਿਧੀਆਂ ਨੇ ਕੁਝ ਹੋਰ ਇਸ਼ਾਰਾ ਕਰਦੀਆਂ ਨੇ ਕਿ ਉਹਨਾਂ ਦੀ ਵਿਚਾਰਧਾਰਾ ਮਹਾਤਮਾ ਗਾਂਧੀ ਵਾਲੀ ਹੈ ਦッコ ਵਿਚਾਰਧਾਰਾ ਦੇ ਤੌਰ ਤੇ ਤਾਂ ਕੇਜਰੀਵਾਲ ਸਪਸ਼ਟ ਕਰ ਚੁੱਕਾ ਵੀ ਮੇਰਾ ਪਰਿਵਾਰ ਆਰਐਸਐਸ ਦਾ ਪਰਿਵਾਰ ਹੈ। ਇਹਦੇ ਬਾਰੇ ਤਾਂ ਕੋਈ ਦੋ ਰਾਇ ਹੀ ਨਹੀਂ ਹੈ। ਤੇ ਫਿਰ ਗਾਂਧੀ ਦਾ ਤੇ ਆਰਐਸਐਸ ਦਾ ਸਮੇਲ ਨਹੀਂ ਹੋ ਸਕਦਾ। ਤੇ ਕੇਜਰੀਵਾਲ ਇਹ ਲੋਕਾਂ ਨੂੰ ਸਪਸ਼ਟ ਕਰਨ ਵੀ ਉਹ ਆਰਐਸਐਸ ਦੇ ਅਨਿਆਈ ਨੇ ਜਾਂ ਗਾਂਧੀਵਾਦੀ ਵਿਚਾਰਧਾਰਾ ਦੇ ਅਨਿਆਈ ਨੇ। ਪਰ ਉਹਨਾਂ ਆਪਣੇ ਮੂੰਹੋਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਕਿ ਅਸੀਂ ਆਰਐਸਐਸ ਤੋਂ। ਉਹ ਤਾਂ ਸਾਲ ਪਹਿਲਾਂ ਉਹ ਹੋ ਚੁੱਕੀ ਆ ਗੱਲ ਵੀ ਮੇਰਾ ਪਰਿਵਾਰ ਆਰਐਸਐਸ ਦਾ ਪਰਿਵਾਰ ਆ। ਹੂੰ ਉਹ ਕਦੋਂ ਕਹਿੰਦਾ ਵੀ ਨਹੀਂ ਹੋਈ ਇਹ ਗੱਲ ਹੂੰ ਇਹ ਗੱਲ ਤਾਂ ਮੁੱਕਰ ਹੀ ਨਹੀਂ ਸਕਦਾ ਹੈਗਾ ਆਪਣੇ ਮੂੰਹੋਂ ਨਾ ਕਹਿਣ ਵਾਲੀ ਗੱਲ ਤੇ ਜਿਹੜੇ ਉਹਦੇ ਐਕਟ ਵੀ ਹੈ ਵੀ ਨਾਲੇ ਉਹ ਸਪਸ਼ਟ ਕਰੇ ਵੀ ਕਿ ਉਹ ਅੰਨਾ ਹਜ਼ਾਰੇ ਨੂੰ ਆਈਕਨ ਮੰਨਦਾ ਜਾਂ ਮਹਾਤਮਾ ਗਾਂਧੀ ਨੂੰ ਮੰਨਦਾ ਹੂੰ ਤੇ ਜਾਂ ਆਰਐਸਐਸ ਨੂੰ ਮੰਨਦਾ ਆਪਦਾ ਆਈਕਨ ਇਹ ਦੱਸੇ ਤਾਂ ਸੀ ਸਪਸ਼ਟ ਕਰੇ ਪਹਿਲਾਂ ਲੋਕਾਂ ਨੂੰ ਜਿਹੜਾ ਜਿੱਥੋਂ ਤੱਕ ਆ ਗਿਆ ਵੀ ਇਹ ਬਾਦੂ ਲਫਾਜੀ ਹੈ ਹਮਾਨਦਾਰੀ ਹੀ ਸਫੀਸ਼ੀਐਂਟ ਗੱਲ ਹੈ ਕਟੜਾ ਇਮਾਨਦਾਰੀ ਤੇ ਇਮਾਨਦਾਰੀ ਚ ਕੀ ਅੰਤਰ ਹੈ ਦੱਸੇ ਪਹਿਲਾਂ ਤਾਂ ਲੋਕਾਂ ਨੂੰ ਤੇ ਜੇ ਇਮਾਨਦਾਰੀ ਆ ਉਹ ਹੀ ਆਪਣੇ ਆਪ ਚ ਇੱਕ ਸਫੀਸ਼ੀਐਂਟ ਸ਼ਬਦ ਆਪਣੇ ਆਪ ਚ ਸੰਪੂਰਨ ਸ਼ਬਦ ਹੈ ਐਕਸਾਈਜ਼ ਪਾਲਿਸੀ ਨੂੰ ਲੈ ਕੇ ਸਾਰੇ ਪੰਗੇ ਪਏ ਆਏ ਸਾਰੇ ਇਸ ਤੋਂ ਪਹਿਲਾਂ ਦੋ ਮੰਤਰੀ ਉਹਨਾਂ ਦੇ ਪਹਿਲਾਂ ਹੀ ਨੇ ਤੇ ਉਹਨਾਂ ਤੋਂ ਕੋਠੀਆਂ ਵੀ ਸਰਕਾਰੀ ਖਾਲੀ ਕਰਵਾ ਲੀਆਂ ਮਹਿਕਮੇ ਕਿਸੇ ਹੋਰ ਨੂੰ ਦੇ ਦਿੱਤੇ ਗਏ ਸਤੀਫੇ ਲੈ ਲਏ ਇਸ ਤੋਂ ਵਿਰੋਧੀ ਉੱਥੇ ਹੋਰ ਚੱਕੰਨੇ ਹੋਗੇ ਕਿ ਵਾਕਈ ਗੜਬੜ ਸੀ ਤਾਂ ਹੀ ਮਹਿਕਮੇ ਲੈ ਵਾਪਸ ਔਰ ਇੱਕ ਨਾਲ ਇਸ ਦੀ ਗੱਲ ਹੋਰ ਜੁੜਦੀ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਐ ਐਕਸਾਈਜ਼ ਪਾਲਿਸੀ ਦੇ ਕਰਕੇ ਖਾਸ ਕਰਕੇ ਮਨੀਸ਼ ਸੋਦੀਆ ਤਰਵਿੰਦ ਕੇਜਰੀਵਲ ਸਵਾਲਾਂ ਦੇ ਘੇਰੇ 'ਚ ਨੇ ਉਸ ਦਾ ਸੇਕ ਕਿ ਪੰਜਾਬ ਵੱਲ ਨੂੰ ਵੱਧ ਸਕਦਾ ਕਿਉਂਕਿ ਐਕਸਾਈਜ਼ ਪਾਲਿਸੀ ਨੂੰ ਲੈ ਕੇ ਚਰਚਾ ਤਾਂ ਇੱਥੇ ਵੀ ਹੋਈ ਆ ਅਫਸਰ ਇੱਥੇ ਲਖੋਤਾ ਹੋਣਾ ਕੁਦਰਤੀ ਹੈ ਇੱਕ ਗੱਲ ਮੈਂ ਸਪਸ਼ਟ ਕਰਦਿਆਂ ਬਾਲਟੀ ਦੇ ਤਰਫੋਂ ਵੀ ਅਸਲ ਚ ਧਾਰੀਕਰਨ ਸੰਸਾਰੀ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਜਿਹੜਾ ਉਹਦਾ ਅਨਿਆਈ ਆ ਉਹ ਭ੍ਰਸ਼ਟਾਚਾਰ ਮੁਕਤ ਨਹੀਂ ਹੋ ਸਕਦਾ ਜਿਹੜਾ ਧਾਰੀਕਰਨ ਸੰਸਾਰੀ ਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਮਦਈ ਹੈ ਚਾਹੇ ਉਹ ਕੇਜਰੀਵਾਲ ਆ ਚਾਹੇ ਉਹ ਭਾਜਪਾ ਹੈ ਚਾਹੇ ਕੋਈ ਹੋਰ ਪਾਰਟੀ ਆ ਜਿਹੜੀਆਂ ਸਰਮਾਇਆਦਾਰ ਜਗੀਰਦਾਰਾਂ ਤਰ੍ਹਾਂ ਦੀਆਂ ਪਾਰਟੀਆਂ ਨੇ ਇਹ ਤਾਂ ਸਿਰਫ ਤੇ ਸਿਰਫ ਇਹਨਾਂ ਨੀਤੀਆਂ ਦਾ ਜਿਹੜਾ ਵਿਰੋਧ ਕਰਨ ਦੀ ਸਮਰੱਥਾ ਰੱਖਦੀ ਆ ਉਹ ਸੀਪੀਆਈਐਮ ਆ ਤੇ ਇਸ ਕਰਕੇ ਉਹ ਭ੍ਰਿਸ਼ਟਾਚਾਰ ਮੁਕਤ ਵੀ ਰਾਜ ਪ੍ਰਬੰਧ ਦੇਣ ਦੇ ਸਮਰੱਥ ਹੈ ਤੇ ਰਹੀ ਆ ਤੇ ਕਾਰਲਾ ਚੱਜ ਵੀ ਅਸੀਂ ਭ੍ਰਸ਼ਟਾਚਾਰ ਮੁਕਤ ਪ੍ਰਬੰਧਾ ਜਿਹੜਾ ਦੇਣ ਦੇ ਵਿੱਚ ਸਫਲ ਹਾਂ ਜਿੱਥੇ ਤੱਕ ਰਹੀ ਗੱਲ ਇਸ ਮੁੱਦੇ ਦੀ ਇਸ ਦਾ ਜਿਹੜਾ ਪ੍ਰਭਾਵ ਆ ਉਹ ਜਲੰਧਰ ਲੋਕ ਸਭਾ ਜਿਮਨੀ ਚੋਣ ਤੇ ਪੈਣ ਦੇ ਵੀ ਕਹਿੰਦੇ ਆ ਸਾਰੇ ਇੱਕ ਸਿਆਸੀ ਗਲਿਆਰਿਆਂ ਚ ਚਰਚਾਵਾ ਹੋ ਰਹੀਆਂ ਨੇ ਜਲੰਧਰ ਲੋਕ ਸਭਾ ਜਿਮਨੀ ਚੋਣ ਚ ਜਿਹੜੇ ਜਿਹੜੇ ਏਜੰਡੇ ਜਿਵੇਂ ਜਿਵੇਂ ਗੇੜੇ ਕੱਢੇ ਜਾ ਰਿਹਾ ਇਸ ਪਾਰਟੀ ਚ ਪੱਟ ਕੇ ਉਧਰ ਲੈ ਜਾਓ ਇਧਰ ਲੋ ਇਹ ਸਾਰੇ ਵਰਤਾਰੇ ਨੂੰ ਤੁਸੀਂ ਕੀ ਸਮਝਦੇ ਹੋ ਨਕੋ ਇਸ ਵਾਰੀ ਦੀ ਇਹ ਜਿਮਨੀ ਚੋਣ ਨੇ ਵੈਸੇ ਤਾਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਛਲਾਂਗਾ ਮਾਰਨੀਆ ਦੂਜੀ 'ਚੋਂ ਫੇਰ ਵਾਪਸ ਜਾਣਾ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਸਰਮਾਇਅਦਾਰੀ ਨਿਜਾਮ ਦਾ ਨਿਘਾਰ ਦਾ ਇੱਕ ਨਤੀਜਾ ਹੈ ਅਸਲ 'ਚ ਜਿਹੜਾ ਇਹ ਸਰਮਾਇਅਦਾਰੀ ਸਿਸਟਮ ਆ ਇਹ ਨਿਘਾਰ ਦੀ ਸਿਖਰ ਹੈ ਇਹ ਇਹਦਾ ਪਗਟਾਵਾ ਹੁੰਦਾ ਇਹਦੇ ਵਿੱਚੋਂ ਅਸਲ ਵਿੱਚ ਇਹ ਆ ਵੀ ਆਮ ਆਲਿਆਂ ਨੂੰ ਕੈਂਡੀਡੇਟ ਨਹੀਂ ਲੱਭਿਆ ਹੈ ਆਪਣੀ ਪਾਰਟੀ ਦੇ ਅੰਦਰੋਂ ਭਾਜਪਾ ਨੂੰ ਕੈਂਡੀਡੇਟ ਨਹੀਂ ਲੱਭਿਆ ਆਪਣੀ ਪਾਰਟੀ ਦੇ ਅੰਦਰੋਂ ਤੇ ਦੋਨੋਂ ਇੱਕ ਦੂਜੇ ਦੀ ਬੀ ਟੀਮ ਦੇ ਤੌਰ ਤੇ ਫੰਕਸ਼ਨ ਕਰਦੀਆਂ ਨੇ ਤੇ ਇਹ ਗੱਲਾਂ ਲੋਕਾਂ ਨੂੰ ਹੁਣ ਸਮਝ ਪੈਣੀ ਸ਼ੁਰੂ ਹੋ ਗਈ ਇਸ ਗੱਲ ਦੀ ਤੇ ਪਹਿਲਾਂ ਗੱਲ ਨਹੀਂ ਸੀ ਲੋਕਾਂ ਨੂੰ ਸਮਝ ਪੈਂਦੀ ਹੁਣ ਸਾਡੇ ਵਾਲੀ ਗੱਲ ਨਹੀਂ ਸਮਝ ਪੈਂਦੀ ਹੈ ਇਸ ਕਰਕੇ ਜਿਨ੍ਹਾਂ ਨੂੰ ਕੈਂਡੀਡੇਟ ਨਹੀਂ ਲੱਭਿਆ ਸਰਕਾਰਾਂ ਚਲਾਉਣ ਵਾਲਿਆਂ ਨੂੰ ਕੇਂਦਰ ਵਾਲਿਆਂ ਨੂੰ ਨਹੀਂ ਲੱਭਿਆ ਤੇ ਪੰਜਾਬ ਸਰਕਾਰ ਨੂੰ ਨਹੀਂ ਲੱਭਿਆ ਤੇ ਦੂਜੀਆਂ ਪਾਰਟੀਆਂ ਚੋਂ ਖਰੀਦੋ ਫਰੋਖਤ ਕਰਕੇ ਤੁਸੀਂ ਦਲ ਬਦਲੀ ਕਰਾ ਕੇ ਇੱਕ ਦਿਨ ਪਹਿਲਾਂ ਉਹਨਾਂ ਦੀ ਦਲ ਬਦਲੀ ਕਰਾਉਣੀ ਹੋ ਤੀਜੇ ਦਿਨ ਤੁਸੀਂ ਟਿਕਟਾਂ ਦੇ ਰਹੇ ਹੋ ਤੁਸੀਂ ਤਾਂ ਖਰੀਦੋ ਫਰੋਖਤ ਵਰਡ ਜਿਹਾ ਸ਼ਬਦ ਉਹਨਾਂ ਲਈ ਵਰਤ ਲਿਆ ਪਰ ਉਹ ਕਹਿੰਦੇ ਆ ਅਸੀਂ ਤਾਂ ਬਦਲਣਾ ਹੈ ਸਾਰਾ ਕੁਝ ਸਾਨੂੰ ਉੱਥੇ ਨਹੀਂ ਕੰਮ ਕਰਨ ਦਾ ਮੌਕਾ ਮਿਲਿਆ ਅਸੀਂ ਇਸ ਪਾਸੇ ਕਰਾਂਗੇ ਕੋ ਖਰੀਦੋ ਫਰੋਖਤ ਕਰਕੇ ਲਿਆ ਕੇ ਦਲ ਬਦਲੀਆਂ ਕਰਾ ਕੇ ਲਿਆ ਕੇ ਤਾਂ ਫਿਰ ਆਮ ਆਦਮੀ ਪਾਰਟੀ ਕੋ ਟੋਕਟੇ ਸਪਸ਼ਟ ਕਰੇ ਜਿਹੜੇ ਕਹਿੰਦੇ ਸੀ ਵੀ ਅਸੀਂ ਇਸ ਸਿਸਟਮ ਨੂੰ ਤਬਦੀਲ ਕਰਨਾ ਹੈ ਜਿਸ ਸਿਸਟਮ ਨੂੰ ਤਬਦੀਲ ਕਰਨਾ ਤੇ ਉਹਨਾਂ ਹੀ ਪਾਰਟੀਆਂ ਦੇ ਜਿਹੜੇ ਰਿਜੈਕਟਡ ਤੇ ਸੱਟਣ ਵਿਅਕਤੀ ਨੇ ਉਹਨਾਂ ਨੂੰ ਲਿਆ ਕੇ ਤੁਸੀਂ ਕਿਦਾਂ ਤਬਦੀਲੀ ਕਰ ਲੋਗੇ ਤਬਦੀਲੀ ਸੰਭਵ ਹੀ ਨਹੀਂ ਹੈ ਪਹਿਲਾਂ ਇੱਕ ਬਿਆਨ ਵੀ ਆਇਆ ਸੀ ਕਿ ਅਸੀਂ ਕਾਂਗਰਸ ਦਾ ਕੂੜਾ ਨਹੀਂ ਲੈਣਾ ਨਹੀਂ ਉਹ ਤਾਂ ਹੁਣ ਦੇਖਣ ਬੇ ਫੇਰ ਹੁਣ ਕਾਂਗਰਸ ਦਾ ਜਿਹੜਾ ਕੂੜਾ ਹੁਣ ਉਹ ਕੀ ਬਣ ਗਿਆ ਸੋਨਾ ਬਣ ਗਿਆ ਕੂੜੇ ਤੋਂ ਇਹਦਾ ਜਵਾਬ ਕਰਨ ਪੰਜਾਬ ਦੇ ਲੋਕਾਂ ਨੂੰ ਇਹ ਉਹ ਉਦੋਂ ਕੂੜਾ ਸੀ ਅੱਜ ਸੋਨਾ ਕਿਵੇਂ ਹੋ ਗਿਆ ਇਹ ਤਾਂ ਉਹੀ ਜੀ ਗੱਲ ਹੀ ਹੈ ਨਾ ਦੇ ਮਤਲਬ ਭਾਜਪਾ ਜਦੋਂ ਆ ਜਾਂਦਾ ਉਹ ਮਤਲਬ ਪਾਰਸ ਦੀ ਤਰ੍ਹਾਂ ਸੋਨਾ ਬਣ ਜਾਂਦਾ ਇਸੇ ਤਰ੍ਹਾਂ ਝਾੜੂ ਵਾਲਿਆਂ ਦਾ ਹੈ ਇਸ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਗਮਰਾਹ ਕਰਨ ਗੱਲਾਂ ਨੇ ਲੋਕਾਂ ਦੇ ਨਾਲ ਬਦਕੀ ਕੀਤੀ ਜਾ ਰਹੀ ਹੈ ਉਹ ਕੇਂਦਰ ਤੇ ਪੰਜਾਬ ਸਰਕਾਰ ਅਸਲ ਲੋਕਾਂ ਦੇ ਜਿਹੜੇ ਮਸਲੇ ਆ ਉਹਨੂੰ ਸਬੋਧਨ ਨਹੀਂ ਹੋ ਰਹੀ ਤੇ ਉਹ ਸਬੋਧਨ ਨਾ ਹੋਣ ਕਰਕੇ ਉਹਦੇ ਚ ਉਹਨਾਂ ਨੂੰ ਦਿਖ ਰਿਹਾ ਵੀ ਸਾਡਾ ਭਵਿੱਖ ਨਹੀਂ ਹੈ ਹੁਣ ਵਿੱਦਿਆ ਦਾ ਸਵਾਲ ਰੁਜ਼ਗਾਰ ਦਾ ਸਵਾਲ ਮਹਿੰਗਾਈ ਦਾ ਸਵਾਲ ਸੇ ਸੂਲਤਾਂ ਦਾ ਸਵਾਲ ਇਹ ਤੇ ਦੋਨੋਂ ਸਰਕਾਰਾਂ ਫੇਲ ਹੋ ਚੁੱਕੀਆਂ ਬੁਰੀ ਤਰ੍ਹਾਂ ਉਹਨਾਂ ਨੂੰ ਪਤਾ ਵੀ ਸਾਡਾ ਭਵਿਕ ਨਹੀਂ ਇਹ ਨਾਰੇ ਨਹੀਂ ਦਿੱਤੇ ਜਾ ਸਕਦੇ ਉਹ ਹੁਣ ਅਸਲ 'ਚ ਆਲਮਟੋਲ ਕਰਦੇ ਆ ਮਤਲਬ ਜਿਹੜੇ ਮੁੱਦਿਆਂ ਨੂੰ ਸਾਈਡ ਟਰੈਕ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਬਣਾ ਕੇ ਨਹੀਂ ਤਾਂ ਅੱਜ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਐਮ ਐਲ ਏ ਜਿਨ੍ਹਾਂ ਨੇ ਐਮ ਪੀ ਇਹਨਾਂ ਦੇ ਇਹ ਕਿਉਂ ਤੁਰੇ ਫਿਰਦੇ ਨੇ ਕੇਜਰੀਵਾਲ ਦੇ ਪੱਖ ਵਿੱਚ ਕੇਜਰੀਵਾਲ ਸੱਚਾ ਹੈ ਤੇ ਆਰਾਮ ਨਾਲ ਘਰ ਹੀ ਬੈਠਣ ਹਮ ਘਰ ਹੀ ਬੈਠਣਾ ਚਾਹੀਦਾ ਨਾ ਤੁਨਕੁਆਰੀ ਮੰਨ ਲਓ ਸੱਚੀ ਝੂਠੀ ਕੋਈ ਤੁਹਾਡੇ ਖਿਲਾਫ ਕੰਪਲੇਂਟ ਕਰ ਸਕਦਾ ਉਹ ਕੰਪਲੇਂਟ ਦਾ ਨਿਪਟਾਰਾ ਹੋ ਲੈਣ ਦਿਓ ਉਹ ਨਿਪਟਾਰੇ ਤੋਂ ਬਾਅਦ ਜਦੋਂ ਸੱਚ ਸਾਹਮਣੇ ਆ ਜਾਏਗਾ ਆਪਣੇ ਆਪ ਗੱਲ ਸਪਸ਼ਟ ਹੋ ਜਾਏਗੀ ਜੀ ਬਹੁਤ ਸ਼ੁਕਰੀਆ ਉਹ ਨਿਪਟਾਰਾ ਕਿਉਂ ਨਹੀਂ ਹੁਣ ਦੰਦੇ ਹੈਗੇ ਅਸਲ ਚ ਨਿਪਟਾਰੇ ਦੇ ਰਾਹ ਚ ਰੋੜਾ ਨਾ ਨਵਣ ਜੀ ਜੇ ਉਹ ਆਕਸਾਈਜ ਪਾਲਸੀ ਨੇ ਤੁਹਾਡਾ ਪਰਦਾ ਨੰਗਾ ਕੀਤਾ ਹੈ ਤਾਂ ਉਹ ਆਕਸਾਈਜ ਪਾਲਸੀ ਨੇ ਤੁਹਾਡੀ ਤਵਾਹੀ ਵੀ ਕਰਨੀ ਹੈ ਉਹ ਤਵਾਹੀ ਦਾ ਕਾਰਨ ਉਹੀ ਬਣਨਾ ਹੈ ਇਹਨਾਂ ਦਾ ਸਾਇਸਨ ਸਾਡੇ ਨਾਲ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜਿਨ੍ਹਾਂ ਨੇ ਆਪਣੀ رائے ਰੱਖੀ ਹੈ ਔਰ ਪਾਰਟੀਆਂ ਦੇ ਵਿੱਚ ਜਿਹੜੀ ਅਦਲਾ ਬਦਲੀ ਵਾਲੀ ਰਣਨੀਤੀ ਔਰ ਦੂਸਰਾ ਕਟੜ ਇਮਾਨਦਾਰ ਕੌਣ ਕਹਿੰਦਾ ਹੈ ਬੇਈਮਾਨ ਕੌਣ ਹੈ ਨਪਟਾਰਾ ਤਾਂ ਜਾਂਚ ਨਹੀਂ ਕਰਨਾ ਹੈ ਨਿਰਪੱਖਤਾ ਦੇ ਨਾਲ ਜੇਕਰ ਜਾਂਚ ਹੋਏਗੀ ਪਰ ਜਿਹੜੀਆਂ ਏਜੰਸੀਆਂ ਨੇ ਉਹ ਆਪਣਾ ਕੰਮ ਸੰਵਿਧਾਨ ਦੇ ਮੁਤਾਬਕ ਜੇ ਕਰਨਗੀਆਂ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਤੁਸੀਂ ਇਹ ਸਾਰੇ ਮਸਲੇ ਦੇ ਬਾਰੇ ਕੀ ਸੋਚਦੇ ਹੋ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ 'ਚ ਨਹੀਂ ਸਾਨੂੰ ਦਵਾਗਿਆ ਧੰਨਵਾਦ